आ सके ना आज की मैं दिल की का तेरा इंतजार नु। वालेकुम सलाम, बैठो। बस ते लाया करना तू घर चक्कर इधर। चलो ठीक है, तेनु पता है मेरा मियां ते सारा दिन काम ते रहंदा है, ते मैं घर कल्ली होनी है, बच्ची कॉलेज चली जांदी है, बाजार चो चीजां वगैरह मंगवानियां हुंदियां ने, बड़ा मसला हो जांदा है मैनू। चल तू जरा बाहर अंदर आंदी जांदी रहनी है ते मैनू चीजां लिया दिया कर। ठीक है भैन जी, हुन ठीक है इंशाल्लाह। मैं हुन पक्की गल ही चक्कर शक्कर लाया कर। और बच्चे शच्चे ठीक है? बस ठीक, अल्लाह दा शुक्र है, सब ठीक है। जी जी, मियां काम ते जांदा आंदे? जी जी, घर ही बह रहंदे? बस जांदे ही ने, कदी चले गया कदी घर। अच्छा अच्छा, हां इस तरह। बच्चे स्कूल जाते नहीं? हाँ जी जाते ने। भेजा कर बच्चों नूं स्कूल, तेनू पता है दौर दे विच पढ़ाई ते सब कुछ है की। बस यही सोची दा कि उन्हां दी जिंदगी अच्छी बन जाए। हाँ, अपना ते बंदा गुजारा करना ही रहना है, ते बच्चों दे जरा मुस्तकबिल बना ले। हाँ जी। आ गया मेरा पुत्र स्कूल तो? हाँ जी, सुनाओ मम्मी। मैं ठीक हूँ पुत्र, तू सुनाओ। आंटी तुसी सुनाओ। हाँ मैं भी ठीक हूँ। पुत्र को खाना शाना खाता है अंदरों? नहीं हाले तो नहीं खाता। और ਤੁਸੀਂ ਸੁਣਾਓ? ਅੱਜ ਬੜਾ ਥੱਕਾ ਥੱਕਾ ਲੱਗਣਾ ਪਿਆ ਮੇਰਾ। ਬਹੁਤ ਥੱਕ ਗਈ ਆ, ਬਹੁਤ ਥੱਕ ਗਈ ਆ ਅੱਜ ਤੇ। ਅੱਛਾ ਅੰਮੀ, ਮੌਸਮ ਚੇਂਜ ਹੋ ਗਈ ਹੈ। ਅੱਛਾ ਪੁੱਤਰ, ਸਰਦੀਆਂ ਆ ਗਈਆਂ ਨੇ, ਮੇਰੇ ਕੱਪੜੇ ਨਹੀਂ ਸਰਦੀਆਂ ਦੇ। ਤੇ ਪੁੱਤਰ ਕੋਈ ਗੱਲ ਨਹੀਂ, ਕੱਪੜੇ ਲੈ ਆਣੇ, ਕਿਹੜੀ ਗੱਲ ਹੈ। ਇਹ ਆਂਟੀ ਤੁਹਾਡੀ ਕੋਲ ਬੈਠੀ, ਤੇ ਤੁਸੀਂ ਚੱਲੋ। ਇਹ ਆਂਟੀ ਤੁਹਾਡੀ ਕੋਲ ਬੈਠੀ ਪੁੱਤਰ, ਅੱਜ ਤੇ ਨਹੀਂ ਤੇਰਾ ਅੱਬੂ ਵੀ ਨਹੀਂ ਆਏ, ਤੇ ਪੈਸੇ ਤੇ ਤੈਨੂੰ ਪਤਾ ਤੇਰੇ ਅੱਬੂ ਕੋਲ ਸਾਰੇ ਹੁੰਦੇ ਨੇ। ਤੇ ਇਸ ਤਰ੍ਹਾਂ ਕਰਨੇ ਆ ਕਿ ਆਂਟੀ ਵੀ ਕੋਲ ਬੈਠੀ, ਇਹਨਾਂ ਨੂੰ ਦੱਸ ਦੇਣੇ ਆ ਕਿ ਕੱਲ ਇਤਵਾਰ ਹੈ ਤੇ ਕੱਲ ਜ਼ਰੂਰ ਜਾ ਸਾਂ ਕੱਪੜੇ ਲੈਣ। ਠੀਕ ਹੈ, ਕੱਲ ਆ ਤਾਂ ਕੱਲ ਹੀ, ਕੱਲ ਲਾਜ਼ਮੀ ਪੁੱਤਰ, ਮੇਰਾ ਵਾਅਦਾ ਤੇਰੇ ਨਾਲ। ਚਲੋ ਠੀਕ ਹੈ, ਫਿਰ ਕੱਲ ਲਿਆਂਗੇ। ਤੇ ਕੱਲ ਤੇਰੇ ਅੱਬੂ ਆ ਜਾਣਗੇ ਤੇ ਪੈਸੇ ਦੇਣਗੇ ਤੇ ਕੱਲ ਇਨਸ਼ਾਅੱਲਾ ਜਾ ਸਾਂ ਕੱਪੜੇ ਲੈ ਆਸਾਂ। ਚਲੋ ਠੀਕ ਹੈ। ਤੇ ਗੱਲ ਸੁਣੋ ਨਾ ਭੈਣ, ਤੁਸੀਂ ਫਿਰ ਕੱਲ ਲਾਓ ਨਾ ਚੱਕਰ। ਤੇ ਬੱਚੀ ਵੀ ਜ਼ਿੱਦ ਕਰਨੀ ਪਈ, ਜ਼ਰਾ ਬਾਜ਼ਾਰ ਚੱਲੀਏ ਤੇ ਕੱਪੜੇ ਲੈ ਆਈਏ ਉੱਥੋਂ। ਚਲੋ ਠੀਕ ਹੈ, ਇਨਸ਼ਾਅੱਲਾ ਕੱਲ ਨੂੰ ਮੈਂ ਚੱਕਰ ਲਾਵਾਂਗੀ ਤੇ ਫਿਰ ਤੁਸੀਂ ਮੈਨੂੰ ਦੱਸ ਦੇਣਾ, ਠੀਕ ਹੈ? ਹਾਂ ਇਨਸ਼ਾਅੱਲਾ ਜ਼ਰੂਰ। ਠੀਕ ਹੈ, ਅੱਲਾ ਹਾਫਿਜ਼। ਅੱਲਾ ਹਾਫਿਜ਼। ਕੱਲ ਫਿਰ ਟਾਈਮ ਨਾਲ ਆ ਜਾਣਾ ਹੈ। ਹਾਂ ਠੀਕ ਹੈ। ਅੰਮੀ ਯਾਰ, ਆਂਟੀ ਨਾਲ ਮੈਂ ਕਿਵੇਂ ਜਾਵਾਂ? ਤੁਸੀਂ ਚਲੋ ਮੇਰੇ ਨਾਲ। ਪੁੱਤਰ ਕੋਈ ਗੱਲ ਨਹੀਂ, ਆਂਟੀ ਇਹ ਸਮਝ, ਆਂਟੀ ਤੇ ਮਾਂ ਚ ਕਹਿੰਦੇ ਨੇ ਕੋਈ ਫਰਕ ਹੀ ਨਹੀਂ ਹੁੰਦਾ, ਉਹ ਬੜੀ ਅੱਛੀ ਔਰਤ ਹੈ। ਫਿਰ ਵੀ ਮੇਰਾ ਦਿਲ ਨਹੀਂ ਕਰਦਾ। ਪੁੱਤਰ ਤੈਨੂੰ ਤੇ ਪਤਾ ਹੈ ਕੱਲ ਤੇਰੇ ਅੱਬੂ ਦੇ ਕੋਈ ਮਹਿਮਾਨ ਆਨੇ ਨੇ ਘਰ, ਤੇ ਤੈਨੂੰ ਪਤਾ ਹੈ ਸੰਭਾਲਣਾ ਨਾ ਸੰਭਾਲੇ ਤੇ ਬੜਾ ਰੌਲਾ ਕਰਨਾ ਫਿਰ। ਤੇ ਕੋਈ ਗੱਲ ਨਹੀਂ ਪੁੱਤਰ, ਤੂੰ ਟੈਨਸ਼ਨ ਨਾ ਲੈ, ਆਂਟੀ ਬਹੁਤ ਅੱਛੀ ਹੈ, ਤੇ ਮੈਂ ਤੈਨੂੰ ਕੱਲ ਉਹਦੇ ਨਾਲ ਲਾਜ਼ਮੀ ਭੇਜਾਂ, ਤੇ ਤੂੰ ਮੇਰਾ ਪੁੱਤਰ ਆਪਣੇ ਕੱਪੜੇ ਲੈ ਆਈ ਜਿਹੜੇ ਜਿਹੜੇ ਲੈਣੇ ਨੇ, ਠੀਕ ਹੈ? ਚਲੋ ਠੀਕ ਹੈ, ਬਹੁਤ ਅੱਛੀ ਹੈ ਆਂਟੀ। ਚਲੋ ਠੀਕ ਹੈ, ਮੈਂ ਥੋੜਾ ਰੈਸਟ ਕਰ ਲਾਂ। ਹਾਂ ਜਾਓ ਪੁੱਤਰ, ਥੱਕ ਗਈ ਹਾਂ। ਜਾਓ ਮੇਰਾ ਪੁੱਤਰ, ਖਾਣਾ ਖਾ ਲਈ ਮੇਰੇ ਬੱਚੇ? ਅੱਜ ਕੱਲ੍ਹ ਦੇ ਬੱਚੇ ਵੀ ਸਮਝ ਨਹੀਂ ਆਉਂਦੀ, ਬੱਚਿਆਂ ਦੀ ਵੀ, ਕਦੇ ਕੋਈ ਚੀਜ਼ ਲੈਣੀ ਹੈ, ਕਦੇ ਕੋਈ ਚੀਜ਼ ਲੈਣੀ ਹੈ, ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀ ਸਮਝ ਨਹੀਂ ਹੈ ਕਿ ਸਾਡਾ ਮਾਂ ਪਿਓ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਾਰਾ। ਆ ਗਏ ਹੋ? ਕੀ ਹਾਲ ਹੈ ਜੀ, ਠੀਕ ਹੋ? ਹਾਂ ਜੀ ਮੈਂ ਠੀਕ ਹਾਂ। ਕਹਿੰਦੇ ਨਾਲ ਅੱਜ ਗੱਲਾਂ ਤਰੁੱਦੀ ਹੋਈ ਹੈ? ਕੁਛ ਵੀ ਨਹੀਂ, ਅੱਲਾ ਆਲਿਆ ਆਪਣੇ ਨਾਲ ਹੀ ਗੱਲਾਂ ਕਰਨੀ ਪਈਆਂ, ਮੈਂ ਤੇ ਕਿਸੇ ਨਾਲ ਨਹੀਂ ਗੱਲਾਂ ਲੱਗੀ। ਉਹ ਬੱਚੀ ਆਈ ਸੀ ਹੁਣ। ਅੱਛਾ, ਕਾਲਜ ਤੋਂ ਆਈ ਹੈ ਤੇ ਕਹਿ ਰਹੀ ਹੈ ਅੰਮੀ ਜੀ ਕੱਪੜੇ ਲੈਣੇ ਨਹੀਂ, ਸਰਦੀ ਆ ਗਈ ਹੈ, ਤੇ ਤੁਹਾਨੂੰ ਤੇ ਪਤਾ ਤੁਹਾਡੇ ਮਹਿਮਾਨ, ਤੁਸੀਂ ਵੀ ਕੱਲ ਦਾ ਪੈਗਾਮ ਦਿੱਤਾ ਹੈ ਕਿ ਪ੍ਰਾਹੁਣੇ ਆਨੇ ਨੇ ਘਰ, ਤੇ ਮੈਂ ਨਹੀਂ, ਮੈਂ ਉਧਰ ਚਲੀ ਗਈ ਤੇ ਫਿਰ ਇਧਰ ਨਹੀਂ ਟਾਈਮ ਦੇ ਸਕਨੀ। ਤੂੰ ਮੁੜ ਕੇ ਆਖਿਆ? ਤੇ ਮੈਂ ਉਹ ਆਂਟੀ ਬੈਠੀ ਸੀ ਨਾਲ ਵਾਲੀ ਮਸਾਈ ਆਈ ਸੀ। ਅੱਛਾ, ਤੇ ਮੈਂ ਉਹਨੂੰ ਆਖਿਆ ਕਿ ਤੇਰੇ ਨਾਲ ਕੱਲ ਕੱਪੜੇ ਲਿਆ ਸੀ ਪੁੱਤਰ, ਤੂੰ ਟੈਨਸ਼ਨ ਨਾ ਲੈ। ਕਿਹੜੀ ਉਹ ਗਵਾਢਣ? ਹਾਂ ਨਾਲ ਵਾਲੀ ਹਮਸਾਈ, ਉਹ ਸਕੀਨਾ, ਉਹ ਵੱਡੀ ਉਮਰ ਦੀ। ਹਾਂ ਤੁਹਾਨੂੰ ਕਿਦੋਂ ਖਬਰ ਮਿਲੀ ਹੈ? ਮੈਂ ਬੜਾ ਖੁਸ਼ ਆ। ਅੱਛਾ ਮੈਨੂੰ ਇਹ ਤੇ ਦੱਸੋ, ਕੱਲ ਖਾਣਾ ਕੀ ਬਣਾਣਾ? ਅਸੀਂ ਆ ਸਾਦੇ ਜੇ ਬੰਦੂ ਵੀਰਾ, ਮੇਰਾ ਬਿਲ ਤੁਸੀਂ ਚਟਣੀ ਚ ਬਣਾਇਓ ਨਾ, ਤਾਂ ਵੀ ਉਹ ਕਾਲ ਸੇ ਮਗਰ ਇਹ ਪ੍ਰਾਣੇ ਤਾਂ ਹੋਏ ਪ੍ਰਾਣੇ ਹੀ ਨੇ ਸਾਡੇ ਘਰ ਤੋਂ ਪਹਿਲੇ। ਰਿਮਸ਼ਾ ਦੇ ਅੱਬੂ, ਤੁਹਾਨੂੰ ਪਤਾ ਹੀ ਨਾ ਮਹਿਮਾਨ ਆ ਰਹੇ ਨੇ, ਤੇ ਉਹਨਾਂ ਵਾਸਤੇ ਕੋਈ ਅੱਛਾ ਹੀ ਖਾਣਾ ਹੋਣਾ ਚਾਹੀਦਾ। ਠੀਕ ਹੈ ਠੀਕ ਹੈ, ਜੋ ਤੇਰੇ ਹਿਸਾਬ ਨਾਲ ਚੰਗਾ ਲੱਗੇ ਨਾ
ਉਹ ਪਕਾ ਦੇ। ਹਾਂ ਮੈਂ ਤੇ ਕਿੰਨੀ ਕੋ ਅੱਛਾ ਜਿਹਾ ਖਾਣਾ ਨਾ ਮੈਨੂੰ ਲਿਆ ਦੇ ਨਾ ਤੇ ਮੈਂ ਖਾਣਾ ਕੋ ਅੱਛਾ ਜਿਹਾ ਖੁਦ ਹੀ ਬਣਾ ਲਾਂ। ਤੂੰ ਬਿਲਕੁਲ ਸਾਦਾ ਜਿਹਾ ਤੁਸੀਂ ਇੰਨੇ ਵੀ ਦੇ ਛੱਡੀ ਰੋਟੀ ਤਾਂ ਵੀ ਉਹ ਕਾਲ। ਨਹੀਂ ਨਹੀਂ ਛੇ ਰਿਮਸ਼ਾ ਦੇ ਅੱਬੂ ਤੁਸੀਂ ਇੰਜ ਕਰੋ ਤੁਸੀਂ ਜਾਓ ਬਾਜ਼ਾਰ ਤੇ ਮੈਂ ਵੀ ਰਿਮਸ਼ਾ ਪੁੱਤਰ ਸੁੱਤਾ ਹੈ ਹਲੇ ਤੇ ਉੱਠਣੀ ਹੈ ਤਦ ਤੱਕ ਮੈਂ ਖਾਣਾ ਬਣਾ ਲੈਣੀ ਹੈ। ਚਲੋ ਠੀਕ ਹੈ ਦੋ ਸਬਰ ਸੂਤਰੇ ਮੈਂ ਲੈ ਆਵਾਂ ਨਾ ਬਾਜ਼ਾਰੋਂ। ਹਾਂ ਬਿਲਕੁਲ ਤੂੰ ਰਿਮਸ਼ਾ ਵਾਸਤੇ ਖਾਣਾ ਬਣਾ ਲੈ। ਹਾਂ ਤੇ ਘਰ ਮੋ ਟਾਈਮ ਨਾਲ ਕਰਿਆ ਹੈ ਤੇ ਤੁਸੀਂ ਟੈਨਸ਼ਨ ਕਿਸੇ ਗੱਲ ਦੀ ਨਾ ਲਵੋ ਤੁਸੀਂ ਮੈਨੂੰ ਸਮਾਨ ਲਿਆ ਦਿਓ ਤੇ ਮੈਂ ਬਸ ਇੰਜ ਖਾਣਾ ਬਣਾਵਾਂਗੀ। ਠੀਕ ਹੋ। ਹਾਂ ਉੱਠੋ ਤੁਸੀਂ ਸਮਾਨ ਲਿਆ ਦਿਓ। ਠੀਕ ਮੈਂ ਆਪਣਾ ਕੰਮ ਕਰ। ਆਂਟੀ ਕੀ ਹਾਲ ਹੈ? ਠੀਕ ਹੈ ਪੁੱਤਰ ਤੂੰ ਸੁਣਾ? ਠੀਕ ਹੈ। ਕਿਧਰ ਜਾ ਰਹੇ ਹੋ? ਮੈਂ ਬਸ ਦੁਕਾਨ ਤੇ ਜਾ ਰਹੀ ਹਾਂ। ਹੋਰ ਸੁਣਾ ਘਰ ਸਭ ਖਰੀਏ ਤੇ? ਘਰ ਤਾਂ ਖਰੀਆ ਤੇ ਤੇ ਆਂਟੀ ਤੁਹਾਡੇ ਨਾਲ ਇੱਕ ਗੱਲ ਕਰਨੀ ਆ, ਜ਼ਰੂਰੀ ਕੰਮ ਆ। ਅੱਜ ਰਾਤ ਤੂੰ ਟੱਕਰ ਗਏ ਹੋ? ਅੱਛਾ ਆਂਟੀ ਐਂ ਜਾਏ ਉਹ ਇੱਥੇ ਗਲੀ ਵਿੱਚ ਖਲੋ ਕੇ ਕਰਨ ਦੀ ਕਾਹ ਨਹੀਂ ਗੱਲ। ਅੱਛਾ ਤੁਹਾਨੂੰ ਵੀ ਜਲਦੀ ਇਹ ਸਮਾਨ ਲੈਣ ਜਾਂਦੇ ਪਿਓ, ਮੈਂ ਵੀ ਥੋੜ੍ਹਾ ਜਿਹਾ ਕੰਮ ਕਰਨਾ ਤੇ ਉਹ ਕੰਮ ਕਰਕੇ ਬਾਅਦ ਚ ਮੈਂ ਟੱਕਰਿਆ ਹੈ ਜ਼ਰੂਰ। ਖੈਰ ਤੇ ਹੈ ਨਾ? ਹਾਂ ਖੈਰ ਦਾ ਕੰਮ ਹੈ। ਚਲੋ ਠੀਕ ਹੈ ਅੱਜ ਅੱਜ ਤੇ ਨਹੀਂ, ਮੈਂ ਕੱਲ ਨੂੰ ਤੈਨੂੰ ਮਿਲਾਂਗੀ ਜ਼ਰੂਰ। ਠੀਕ ਹੈ ਯਾਦ ਨਾਲ ਮੈਂ ਤੁਸਾਂ ਟੱਕਰਨਾ। ਹਾਂ ਚਲੋ ਸਹੀ। ਠੀਕ ਹੈ ਆਂਟੀ। ਹੋਰ ਬਚਣਾ ਠੀਕ ਹੈ? ਮੈਂ ਠੀਕ, ਤੁਸੀਂ ਸੁਣਾਓ ਤਬੀਅਤ ਸਿਹਤ ਕਿਵੇਂ? ਅੱਲਾ ਦਾ ਸ਼ੁਕਰ ਹੈ, ਉਹਦੀ ਜ਼ਾਤ ਦਾ ਬੜਾ ਕਰਮ ਹੈ। ਇਹ ਸੁਣਾ ਨਾ, ਤੇਰੀ ਮਾਂ ਤੇ ਨਾ ਤੇਰਾ ਪਿਓ ਕਿਧਰ ਗਏ? ਇੱਥੇ ਹੀ ਹੈ, ਤੁਸੀਂ ਬਹੁ ਮੈਂ ਉਹਨੂੰ ਉਹਨਾਂ ਨੂੰ ਬੁਲਾ ਕੇ ਆਨੀ ਆ। ਠੀਕ ਹੈ ਜਾ ਜਾ, ਸਾਧ ਲਿਆ ਸਾਧ ਲਿਆ, ਉਹਨਾਂ ਨੂੰ ਸਾਧ ਲਿਆ। ਬੜੀ ਗੱਲ ਆ, ਚੋਣ ਕਰ ਲੈ ਸੀ ਯਾਰ, ਨਹੀਂ ਚੋਣ ਗੁਜ਼ਾਰਾ ਹੁੰਦਾ ਹੀ ਪਿਆ। ਸੁਣਾ ਬੜੀ ਗੱਲ ਬੜੀ ਗੱਲ। ਬਿਸਮਿਲ੍ਲਾ ਜੀ ਆਇਆਂ ਨੂੰ, ਮੇਰਾ ਤੇ ਦੇਵਰ ਆ ਕੇ ਸੁਣਾ ਦੇਵਰਾ ਕੀ ਹਾਲ ਹੈ? ਕੀ ਹਾਲ ਹੈ? ਅਸਲਾਮ ਹੋਇਆ ਯੇ ਕੀ ਹਾਲ ਹੈ ਬਾਬਾ ਯਾਰ, ਕੀ ਹਾਲ ਹੈ ਰਾਜੀ? ਠੀਕ ਵਾ ਨਾ? ਆ ਯਾਰ ਕੋਈ ਲੱਤ ਨੂੰ ਪੀੜਾ ਹੀ ਕਲੋਕੀ? ਅੱਛਾ ਤੇ ਉਹੀ ਤਾਂ ਅੱਲਾ ਦਾ ਫਜ਼ਲ। ਅੱਛਾ ਬਿਲਕੁਲ ਤੱਕੇ ਨਾ, ਮਹਿਮਾਨ ਇੰਨੀ ਦੂਰ ਤੋਂ ਆਏ ਨੇ, ਤੁਸੀਂ ਆਪਣੇ ਹੀ ਰੋਨੇ ਰੋ ਲਵੋ। ਇਮਾਨ ਨਾਲ ਅਸੀਂ ਬਾਹ ਕੇ ਹੱਸਦੇ ਆ, ਮੈਂ ਜਿਹੜੀ ਮੇਰੀ ਬਰਜਾਈ ਆ ਬਾਬ ਕੱਢੀ ਵਧੀ ਉਹਦੀ। ਠੀਕ ਹੈ ਦੇ ਰਹੀ ਇਹ ਵੀ ਵੇਖੀ, ਉਹ ਮੁੜ ਬੋਲੀ ਦਾ ਹਿਸਾਬ ਹੀ ਤਾਂ ਹੁੰਦਾ। ਦੇਵਰਾ ਇਹ ਗੱਲ ਸੁਣ, ਕੱਲਾ ਹੀ ਆਇਆ, ਜੋੜੀ ਨੀ ਬਣਾਈ ਆ? ਉਹ ਕੱਲਾ ਹੀ ਆਇਆ, ਜੋੜੀ ਅੱਲਾ ਬਣੀ ਸੀ ਤੇ ਇਹ ਫਿਲਹਾਲ ਹੈ ਕੱਲਾ ਕੱਲਾ। ਉੱਥੇ ਜ਼ਮੀਨਾਂ ਜ਼ਮੂਨਾਂ ਨੂੰ ਲੈ ਕੇ ਤੇਰੇ ਲੋ ਤੱਕ ਕੇ ਮੈਨੂੰ ਬੜਾ ਹੀ ਅਫਸੋਸ ਹੁੰਦਾ ਹੈ। ਓਏ ਕਰ ਲਈ ਥਾਂ ਮੋੜੇ, ਅਬ ਜੂਨ ਤੁਰ ਜੂ ਪਿਆ ਫਿਰ ਦੇ ਰਹੀ ਆਰਾਮ ਕਰ। ਅਸੀਂ ਵੀ ਕਹਿੰਦੇ ਤੇਰੇ ਛੋਟੇ ਛੋਟੇ ਬੱਚੇ ਹੋਣ, ਅਸੀਂ ਖੜਾਈਏ ਉਹਨੂੰ ਆਪਣੇ ਹੱਥਾਂ ਦੇ ਵਿੱਚ। ਅੱਲਾ ਹੁਣ ਮੈਂ ਕਿਹੜਾ ਦੁੱਖ ਹੁੰਦਾ, ਦੀ ਮੇਰੀ ਜਵਾਨ ਨਹੀਂ ਹੋਈ ਬੱਚੀ ਪੜਦੀ ਪਈ ਹੈ, ਜੇ ਮੇਰੇ ਕੋਲ ਕੋਈ ਪੁੱਤਰ ਹੁੰਦਾ ਹੈ ਤੇ ਮੈਂ ਸੋਹਣਾ ਤੇ ਸੌਖਾ ਗੁਜ਼ਾਰਾ ਹੁੰਦਾ ਪਿਆ। ਅੱਛਾ ਮੈਂ ਤੈਨੂੰ ਕੀ ਦੱਸਾਂ, ਬੜੀ ਗੱਲ ਦਿਹਾਤੀ ਮਾਹੌਲ ਹੋਰ, ਮੇਰੀ ਜਵਾਨ ਹੋ, ਮੈਂ ਆਖਿਆ ਹਵੇਲੀ ਚਾਰ ਦੀਵਾਰੀ ਦੇ ਅੰਦਰ ਕੀਤਾ ਕਰ। ਟੱਬਰੀ ਤੇਰੇ ਕੋਲ ਕੀ ਹਾਲ ਮੇਰੇ ਪੁੱਤ? ਮੈਂ ਠੀਕ ਠੀਕ ਹੈ। ਇਹ ਤਾਂ ਮੋਰ ਚਾਚੇ ਨੂੰ ਮਿਲੀ ਹੈ, ਲਾ ਪਿਆਰ ਹੀ ਏਡਾ ਹੈ ਨਾ ਮੋਹ ਹੱਜ ਉੱਥੇ ਮੈਂ ਆਇਆ ਹਾਂ ਨਾ, ਆ ਝੂਲੇ ਜੇ ਲੈਂਦੀ ਪਈ ਆਏ ਬਾਜ ਕੇ ਜਨਾਬ 24 ਘੰਟੇ ਹੀ ਉਹ ਖਿਆਲ ਸਕੂਲੋਂ ਆਇਆ ਚੜ ਜਾਂਦੀ ਇਹ ਝੂਲਿਆਂ ਤੇ। ਭਾਈ ਚੰਗਾ ਹੈ,
चार दीवारी घर होया कमला घर की नाले खावन पीवन घर लभदा पिया लभदा पिया दुकान सही चलती पई ढाटी सोहनी उत्थे को मुलाजम रखे हुए मुलाजम उत्थे रखे हुए बेलिया मैं तो भाई जड़ी नाल वाली जमीन आऊ ना गुल्लू और हो आप ले लिए भी डो डांडा वेज के ना पर तुम ही शहर है ची आ जा भाई मैं तो नूर मैं तो आई हूं आक गया हूं कसम खुदा दी बस तो चढ़े आ ना ते अगू ना कोई छड़कां दा निजाम पता नहीं आई तो आई तो आई बढ़ जांदी आ मैं तसवर काय ते मेरा तो शेर ही बम दे यार मेरा तो सारा ध्यान है ऐस बच्ची ते अपनी ते चंगी गल है कब पढ़ाई टेंशन नहीं लेनी तो फिर मेरे तेरे एक निक्का जा फोन करना बात अच्छा बिरा मुड़ के गल दा होर मुड़ सुना होर बिल्कुल अल्लाह दा करा मैं अल्लाह दा शुक्र है बकरियां ही छोड़ रखी हुई नी दुम्बे बकरियां वालेकुम सलाम ठीक हो की हाल है अच्छा हो ना फरियाल ने क्या सी के बाजार जाना है ते मैं फिर उन्दी लाई सा मैं क्या उन्हों पूछनी है अच्छा कुछ चीजा मंगवानी है सा ओ किचन च वदी है ते पता कर ले जाके पूछ ला अच्छा चलो ठीक हां ओ मैं तो सारा ध्यान भाई इस दित्ति खलोता अच्छा अच्छा चाचू अब मैं हमने आनी है मैंने थोड़ा जे काम है अच्छा अच्छा ठीक है जा आनी है ओ गाल सुन है ना हैं ये सवानी कौन है बड़ा गवाटे है साडी बड़ा कुछ वेख कुछ सोच किवें थी साडी जवान है आहा बारू सवानी आंदी है हां इनके आ काम में बड़ा कुछ वेख्या करो आज माहौल तो है कोई ना जमाने दो बड़ा कद दे नाल कद ही यार कद दे नाल ही तक धोंदी है तुस बड़ी शरीफ सवानी है ये यार शरीफ या बदमाश दी गल नहीं हां जेड़ी पिंड दा तो होर हालात है ये तो तेन नहीं पता सारी जिंदगी तो हूं तू हट के जनाब सवानियां वड़निया यार मैं गल चंगी नू लगती मेरा बिरा जी गैर मारम सवानी है ना चलो उठे तो तू रहा साढ़े अपने बिरादरी आई मैं आमू बिरा अस कट्ठे अथे पहलू अम्मा बाबा जींदा आई है उसलिए अल्लाह की फसल न खाई ना हो मुड़ो मर गए है मेरा बिरा कोई सोच गैर मारम सवानी घर च नहीं वाड़नी चाहिए मैं तेरे दसा की ते तू जेड़ी तेरी भरजाई है ना हाँ। मैं दाज वरा ना हां मैं वरगा आई काई न हुंदी मेरी का गल इथे लिखी ले कर समझ आई जेड़ी मैं तन कर छोड़ी है ना सदके जावा की प्रावां दे विच गल्लां हो रही है ने किधरे मेरे खिलाफ ती नहीं गल्लां करने पर पर आए के तेरे खिलाफ गल मैं ए प्या करे ना भाई असि इज्जतदार बंदे हां पराई सवानी नु इत्थे वाड़ना ते मुल्क तेरे दर जावना बच्ची जवान है साडी आए प्या समझई ना देवरा मेनू तेरी गल दी कोई समझ नहीं लगी केड़ी पराई सवानी ओए आए नहीं मैं तन्न सेना यार ए दूई दीवार दे चमदी आई अच्छा रिमशा तो को कोई गल मेनू भी दसो किदी गल कर रहे हो ए है नो सिद्धे दिमाग दे तेन पता ता है बे देहात दे रहण वाले ओ मैनू आंदा पिया है भाई गैर मरम बारली सवानी घर च ना वड़न दीती कर तुसी तो आपा सकीना दी ती नहीं गल करने पे और जेड़ी मेरे कोल हल्ले हो हां 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 उसे दी आ मोटो जानी वदी सवानी देवरा मेरी एक गल सुन मेरी बच्ची है मेरा घर है मैनू पता है कि मैं की करना है अच्छा समझ आइए वो औरत बहुत चंगी है बहुत अच्छी है ओदे खिलाफ कोई गल नहीं करनी क्योंकि मैनू अंदर बाहर जांदे आ सामान ले आ देंदी है सारा मेरा काम आगे पीछे दा कर देंदी है अच्छा देवरा तू इथे ना रहया है ना तैनू पता है किसे गल दा ते मेहरबानी कर साडियां गल्लां दे विच आण दी कोई जरूरत नहीं ओ माई ओ भरजाई है मेरी गल सुनो मैं तितरां दे खुरे कटे ना तितरां तू जंगलां दे विच रहण आला है ते एथे दे ख्वाब ख्याल जिहड़े ने होर तरीके दे ने ओथे दे होर तरीके दे ने ते मेहरबानी कर ऐ वेख उठ के अंदर आराम कर ते साडे विच टंगड़ आण दी कोशिश ना कर ए दी गल्लां तू महसूस ना करी चलो जी ठीक है ए दी गल तू महसूस ना करी ते एडा कवड़ी भी कोई ना ओ जिवें तू आख्या ना ओ यार मैं की आखणा ओ यार आख्या ने मैं कर ले ठीक है ठीक है तो उन जड़ा ना आ जड़ी तेरी भरजाई है तन दसया ना मैं जितनी दीवारा ना मैं परवाह आई काई नहीं हुंदी गार दा तो मैं मुड़ आई कोई ना
ਪਰਵਾਹ ਗੁੱਲੂ ਨੂੰ ਵੀ ਖਾਈ ਨਾ ਬੋਲਦੀ ਇਹ ਤਾਂ ਜਾਣਦੀ ਨਹੀਂ ਤੂੰ ਤਾਂ ਜਾਣਨਾ ਉਹ ਤਾਂ ਤੇਰੀ ਗੱਲ ਵਾਕਿਆ ਸਹੀ ਹੈ ਲੋਕਾਂ ਦੀਆਂ ਮਸਾਲਾਂ ਸਾਡੀ ਧੀ ਤੇ ਨਾ ਰੱਖ ਨਹੀਂ ਨਹੀਂ ਬਰਿਆ ਮੈਂ ਉਹ ਮਸਾਲਾ ਨਹੀਂ ਦਿੰਦਾ ਪਿਆ ਮੇਰਾ ਬਿਰਾ ਮੇਰੀ ਗੱਲ ਸੁਣ ਇਹਨਾਂ ਗੱਲਾਂ ਤੋਂ ਮੈਂ ਅੱਗੇ ਸਾਲ ਤੋਂ ਬਾਅਦ ਇੱਥੇ ਆਇਆ ਇੰਜੇ ਗੱਲ ਇੰਜੇ ਗੱਲ ਨਾ ਤੇ ਹੁਣ ਮੈਂ ਮੁੜ ਉਹ ਪਿਛਲੀਆਂ ਗੱਲਾਂ ਵੇਂਦਾ ਪਿਆ ਤੂੰ ਮੈਨੂੰ ਇਹ ਦੱਸੋ ਹਾਲੇ ਯਾਰ ਉਹ ਵੱਖਰਿਆਂ ਕਰਨ ਦੀਆਂ ਸਾਡੀਆਂ ਵੱਖਰਿਆਂ ਕਰਨ ਦੀਆਂ ਤਾਂ ਹੈ ਮੇਰੀ ਗੱਲ ਸੁਣ ਹਾਂ ਅੱਗੇ ਉੱਥੇ ਇਸ ਅਕਵਾ ਕੀਤੀ ਗੱਲ ਸੁਣ ਵੇ ਦੇਵਰਾ ਉੱਥੇ ਮੈਂ ਨਹੀਂ ਸਾਂ ਚੰਗੀ ਤੇ ਇੱਥੇ ਮੇਰੀ ਧੀ ਨਹੀਂ ਚੰਗੀ ਆਉਂਦਿਆਂ ਸਾਰ ਮੇਰੀ ਧੀ ਤੇ ਬਦਨਾਮੀਆਂ ਲਾਉਣ ਲੱਗ ਗਏ ਖੁਦ ਸ਼ਰਮ ਹੈ ਬਦਨਾਮੀ ਕੋਈ ਨਹੀਂ ਸਾ ਪੈ ਲੈਂਦੇ ਇਹ ਗੱਲ ਭੌਕਿਆ ਬਈ ਆਏ ਪਰਾਈ ਸਵਾਣੀ ਵਿਹੜੇ 'ਚ ਨਹੀਂ ਆਉਣੀ ਚਾਹੀਦੀ ਕਿਹੜੀ ਸਵਾਣੀ ਉਹ ਮੈਨੂੰ ਪਤਾ ਬੜੀ ਚੰਗੀ ਔਰਤ ਹੈ ਇਹ ਆਪਣੀਆਂ ਗੱਲਾਂ ਆਪਣੇ ਪਿੰਡ ਦੇ ਵਿੱਚ ਹੀ ਰੱਖਿਆ ਕਰੋ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੂੰ ਢੇਰ ਮੇਰੇ ਨਾਲ ਛਿੱਕ ਕੇ ਹੀ ਨਾ ਬੋਲ ਇਹ ਜ਼ਿਹਨ 'ਚ ਰੱਖ ਤੂੰ ਮੇਰੇ ਘਰ ਆ ਕੇ ਬੈਠਾ ਹੈ ਤੇ ਮੈਂ ਤੇਰੀ ਬੜੀ ਇੱਜ਼ਤ ਕਰਨੀ ਪਈ ਆ ਮੇਰੇ ਵਿਰਾਹ ਦਾ ਘਰ ਓਏ ਅੱਜ ਕੀ ਨਾ ਕਰੀ ਕੀ ਗੱਲ ਕਾਇ ਗੱਲ ਜੋ ਕਰੇਂਦੀ ਪਈ ਤੇ ਮੈਨੂੰ ਸੁਣਨ ਤਾਂ ਦੇ ਕੀ ਤੂੰ ਉਹ ਬੇਇੱਜ਼ਤੀ ਮੇਰੀ ਕਰੇਂਦੀ ਪਈ ਤੇ ਮੈਨੂੰ ਸੁਣਨ ਦੇਵਾ ਇਹਦੇ 'ਚ ਕਿਹੜੀ ਬੇਇੱਜ਼ਤੀ ਵਾਲੀ ਗੱਲ ਹੈ ਤੁਹਾਡੇ ਸਾਹਮਣੇ ਰਿਮਕਾ ਦੇ ਕੋਈ ਨਹੀਂ ਆਂਦਿਆ ਸਾਰ ਕੀ ਕਹਿ ਸਾਨੂੰ ਸੁਣਿਆ ਨਹੀਂ ਤੁਸਾਂ ਸਾਡੀ ਧੀ ਤੇ ਆਂਦਿਆ ਸਾਰ ਬਦਨਾਮੀ ਲਾਉਣ ਲੱਗ ਗਿਆ ਜਿਹੜੀ ਇਹ ਤੇਰੀ ਜ਼ਬਾਨ ਹੈ ਨਾ ਇਸ ਮੈਂ ਸਾਰੀ ਬਰਾਦਰੀ ਤੋਂ ਅਲੱਗ ਕਰ ਛੱਡਿਆ ਬਲੰਗੀ ਬਿਰਾ ਆਇਆ ਆਈ ਤੇ ਮੈਂ ਗੱਲ ਗੱਲਾਂ ਕਰਨੀਆਂ ਹੁੰਦੀਆਂ ਤੇ ਮੇਰੇ ਭਰਾ ਆਪਣੇ ਉੱਥੇ ਰਿਹਾ ਕਰੋ ਇੱਧਰ ਆਉਣ ਦੀ ਕੋਈ ਜ਼ਰੂਰਤ ਨਹੀਂ ਰਹਿਣਾ ਹੀ ਕੋਈ ਨਹੀਂ ਇਹੋ ਪਾਣੀ ਹਲਾ ਲੈਣਾ ਤੁਹਾਡਾ ਮੈਂ ਆ ਜਾਂਦਾ ਪਿਆ ਅੱਗੇ ਸਾਲ ਤੋਂ ਬਾਅਦ ਆਇਆ ਇਹ ਜ਼ਿਹਨ ਤੇ ਰੱਖ ਲਿਆ ਇੱਕ ਦਿਨ ਤੁਹਾਨੂੰ ਮਲੰਗੀ ਯਾਦ ਆਉਸੀ ਐ ਵੇਖੋ ਅਸੀਂ ਤੁਹਾਡੇ ਜੈਸਿਆਂ ਨੂੰ ਇੱਥੇ ਲਾਂ ਚ ਰਾਜ਼ੀ ਵੀ ਨਹੀਂ ਆ ਚੱਲੋ ਪਰ ਆਂਦਿਆਂ ਸਾਰ ਮੇਰੀ ਭੋਰਾ ਜਿੰਨੀ ਧੀ ਤੇ ਬਦਨਾਮੀਆਂ ਲਾਣ ਲੱਗ ਗਿਆ ਕੁਝ ਸ਼ਰਮ ਨਹੀਂ ਰਹਿ ਗਈ ਇਹਨਾਂ ਨੂੰ ਕਿ ਤੁਹਾਨੂੰ ਆਪਣੇ ਆਪ ਜ਼ਰਾ ਸਮਝ ਨਹੀਂ ਲੱਗਦੀ ਕੋਲ ਬਹਿ ਕੇ ਧੀ ਦੇ ਬਾਰੇ ਗੱਲਾਂ ਸੁਣੀ ਜਾ ਰਹੇ ਹੋ ਓ ਖੁਦਾ ਦੇ ਨਾਂ ਹੀ ਮੇਰੇ ਸਿਰ ਦੀ ਪੀੜ ਨਾ ਝਾੜ ਅੱਛਾ ਇਹ ਮੈਂ ਝਾੜੀ ਸਿਰ ਦੀ ਪੀੜ ਤੇ ਆਰਾਮ ਨਾਲ ਹੀ ਹੁਣ ਸਮਝਾ ਸਕਦੀ ਮੈਂ ਉਹਨੂੰ ਬੜੇ ਤਰੀਕੇ ਨਾਲ ਸਮਝਾਇਆ ਉਹਦੀ ਆਂਦਿਆਂ ਦੀ ਇਤਨੀ ਖਾਤਰ ਤਵੱਜਮ ਕੀਤੀ ਇੱਜ਼ਤ ਨਾਲ ਉਹਨਾਂ ਨੂੰ ਇੱਜ਼ਤ ਰਾਸ ਹੀ ਨਹੀਂ ਹੈ ਇਸ ਜ਼ਬਾਨ ਵਾਸਤੇ ਮੈਂ ਪਿੱਛੂ ਛੱਡ ਕੇ ਸ਼ਹਿਰ ਚ ਆਇਆ ਸਿਰ ਤੁਹਾਨੂੰ ਪਤਾ ਨਹੀਂ ਹੈ ਸਾਡੀ ਇੱਕੋ ਇੱਕ ਧੀ ਗਈ ਉਹ ਜਿਹੜੇ ਇਹਨਾਂ ਦੀ ਠੁੱਲੇ ਅਕਲ ਹੁੰਦੇ ਨਾ ਕਦੀ ਕਦੀ ਉਹ ਅਕਲ ਸਹੀ ਰਹਿ ਜਾਂਦੇ ਨੇ ਤੁਹਾਨੂੰ ਨਹੀਂ ਪਤਾ ਅਕਲ ਹੁੰਦੇ ਨੇ ਇਹ ਅਕਲ ਨੇ ਇਹਨਾਂ ਦੇ ਇਹ ਅਕਲ ਨੇ ਹਮਸਾਈ ਔਰਤ ਕਿੱਡੀ ਚੰਗੀ ਹੈ ਤੈਨੂੰ ਪਤਾ ਹੈ ਉਹ ਵਿਚਾਰੀ ਸਕੀਨਾ ਕਿਤਨੀ ਚੰਗੀ ਸਾਡਾ ਸਾਰਾ ਕੰਮ ਕਰਦੀ ਕਰਦਾ ਅੱਗੇ ਪਿੱਛੇ ਸਾਨੂੰ ਸਮਾਨ ਵੀ ਲਿਆ ਕੇ ਦਿੰਦੀ ਉਸ ਦੇ ਬਾਰੇ 'ਚ ਗੱਲਾਂ ਕਰ ਰਿਹਾ ਉਹ ਕਰਮਾ ਲਈਏ ਮੇਰੀ ਗੱਲ ਸੁਣੋ ਚਲੋ ਉਹ ਜੋ ਆਇਆ ਗੱਲ ਤਾਂ ਤੂੰ ਆਰਾਮ ਨਾਲ ਤਾਂ ਕਰੇ ਤੇ ਮੈਂ ਉਹਨੂੰ ਕੀ ਕਹਿ ਦਿੱਤਾ ਰਿਮਸ਼ਾ ਦੀ ਅੱਬੂ ਮੈਂ ਤੇ ਕੋਈ ਗੱਲ ਇਸ ਤਰ੍ਹਾਂ ਦੀ ਕੀਤੀ ਨਹੀਂ ਹੈ ਉਹਨੇ ਮੇਰੀ ਧੀ ਤੇ ਬਦਨਾਮੀ ਲਾਈ ਤੇ ਫਿਰ ਮੈਨੂੰ ਤਕਲੀਫ ਹੋਈ ਗਈ ਆ ਪੁੱਤਰ ਆ ਗਏ ਅੱਬੂ ਜੀ ਕਿਉਂ ਲੜਦੇ ਪਏ ਹੋ ਤੁਸੀਂ ਮੇਰੀ ਅੰਮੀ ਦੇ ਨਾਲ ਨਹੀਂ ਪੁੱਤਰ ਕੋਈ ਗੱਲ ਨਹੀਂ ਵੈਸੇ ਹੀ ਬਸ ਬੈਠੇ ਉਹ ਮੇਰਾ ਪੋਤਰੋ ਇਹਦਾ ਲਹਿਜਾ ਜਿਹੜਾ ਹੈ ਨਾ ਜ਼ਬਾਨ ਦਾ ਮੈਂ ਆਨਾ ਚਲੋ ਇੱਕ ਗੱਲ ਤੂੰ ਕਿਸੇ ਨੂੰ ਸਮਝਾਉਣੀ ਹੈ ਤੇ ਤੂੰ ਪਿਆਰ ਨਾਲ ਸਮਝਾ ਚ ਨਾ ਲੜਿਆ ਕਰੋ ਤੁਸੀਂ ਉਹ ਲੜ ਲੜ ਕੇ ਉਠਾ ਦਿੱਤਾ ਇਸ ਮੇਰੇ ਵਿਰਾਹ ਨੂੰ ਮੈਂ ਕੀ ਕਰਾਂ ਸਮਝਾ ਮੈਨੂੰ ਅੰਮੀ ਤੁਸੀਂ ਵੀ ਨਾ ਕਰਿਆ ਕਰੋ ਤੁਸੀਂ ਦੱਸ ਉਸਨੂੰ ਦੱਸ ਹੁਣ ਧੀ ਨੂੰ ਮੈਂ ਕੀ ਗੱਲ ਕੀਤੀ ਹੈ ਤੇ ਉਹਨਾਂ ਨੇ ਕੀ ਗੱਲ ਕੀਤੀ ਦੱਸ ਉਹਨੂੰ ਸਾਰੀ ਗੱਲ ਉਹ ਮੇਰਾ ਪੋਤਰੋ ਉਹ ਮੇਰਾ ਵਿਰਾਹ ਹੈ ਮੈਨੂੰ ਉਸ ਦਾ ਪਤਾ ਹੈ ਕਾਹੀ ਕਾਹੀ ਗੱਲ ਉਹ ਚੰਗੀ ਕਰ ਜਾਂਦਾ ਇਹ ਹੈ ਹੱਥੀ ਪਵਣ ਵਗਦੀ ਸਾਰੀ ਬਿਰਾਦਰੀ ਨਾਲ ਮੈਂ ਵਜਾਈ ਬੈਠਾ ਆ ਤੇਰੀ ਮਾਂ ਵਾਸਤੇ ਹਾਂ ਹਾਂ ਮੈਂ ਬਦਨਾਮੀਆਂ ਇੱਥੇ ਬਹਿ ਕੇ ਸੁਣਾ ਉੱਥੋਂ ਬਦਨਾਮੀਆਂ ਸੁਣ ਕੇ ਆਈ ਆ ਇੱਥੇ ਵੀ ਬਦਨਾਮੀਆਂ ਸੁਣਾ ਤੇ ਫਿਰ ਮੈਂ ਬੜੀ ਚੰਗੀ ਆ ਮੈਂ ਇਹਨਾਂ ਦੀਆਂ ਬਹਿ ਕੇ ਸੁਣਾ ਮੈਂ ਬੜੀ ਚੰਗੀ ਆ ਮੈਂ ਨਹੀਂ ਨਾ ਸੁਣਨੀ ਤੇ ਮੈਂ ਬੜੀ ਬੁਰੀ ਆ ਅੱਛਾ ਪੁੱਤਰ ਤੂੰ ਛੱਡ ਸਾਰਿਆਂ ਰੋਲਿਆਂ ਨੂੰ ਇਹਨਾਂ ਦਾ ਸਾਰੀ ਜ਼ਿੰਦਗੀ ਇਹੀ ਰੋਣਾ ਰਹਿਣਾ ਤੇ ਤੂੰ ਇੰਝ ਕਰ ਅੰਦਰ ਭੈਣ ਸਕੀਨਾ ਕਿੰਨੀ ਦੇਰ ਦੀ ਬੈਠੀ ਹੈ ਪਤਾ ਮੈਂ ਕੱਲ੍ਹ ਕਿਹਾ ਸੀ ਬਾਜ਼ਾਰ ਜਾਣਾ ਉਹਨੂੰ ਜ਼ਰਾ ਬੁਲਾ ਤੇ ਬਾਜ਼ਾਰੋਂ ਹੋ ਜੋ ਪੁੱਤਰ ਲੈਣਾ ਲੈ ਉਹ ਸ਼ਾਮ ਪੈਂਦੀ ਪਈ ਹੈ ਖਾਲਸ ਸਕੀਨਾ ਇੱਧਰ ਆਓ ਆਈ ਆ ਭੈਣ ਆ ਗਈ ਹੈ ਅੱਛਾ ਗੱਲ ਸੁਣ ਇਹ ਬੱਚੀ ਨੂੰ ਲੈ ਜਾ ਤੇ ਜੋ ਕੁਛ ਕਹਿੰਦੀ ਹੈ ਨਾ ਇਹਨੂੰ ਬਾਜ਼ਾਰੋਂ ਲਿਆ ਦੇ ਇਹ ਲੈ ਫੜ ਪੈਸੇ
ते जरा जल्दी आ जाना, तेनु पता दिन डुबना पिया है। जरा जल्दी जा, फिर मैं जा रही हूं। जाओ जो लेना ना ले आवो। चलो ठीक है। ए रोले सारी जिंदगी इंजी रहने ने, ए नहीं कदी खत्म हो सकती। ते मेरी आज कान खोल के गल सुन ले, बच्ची दे सामने कोई गल कीती ना ते मैं ना तेरी तेनू जिंदा छड़ांगी ते ना तेरे कारतियां नू। सुनना है? चली जा बाजार। मैं चलो कोई नी, मेरी भी धी है, मैं चली जानी हां। खैर सी आंटी, नाराज ना हो ता तुहाडे जिम्मे एक काम लावना। अच्छा, जेड़ी ओ कुड़ी ओदे नाल सेटिंग तक करा दियो मेरी। की तू पागल है? आंटी नू किस तरह समझ रहे है? वो मेरे नाल इन्ने अच्छे मेरे हमसाए ने, उन्हां दा इन्ना सख्त रवैया है कि वो बच्ची नू बाहर नजर नहीं मारन देंदे। ठीक है, इन्ने पर्दे वाले लोग ने, तू किस तरह दियां गल्लां कर रहे हैं? कुछ सोच के बोलना सी। ठीक है आंटी, गुस्सा क्यों होंदे हो? पता है मैनू वो केडी चंगी लगती है। अगे भी एक दो वेरी मैं तुहानू रोकिया रहा इस गल करन वास्ते, पर मेरी हिम्मत नहीं पई, अज मजबूर होके ये गल करदा पिया। मेरी सोच तो बाहर है गल। आंटी ऐवे परेशान होंदे हो? तुसा मैं दुनिया की जेड़ी शाय आखी ना, मैं तुहानू वो लैके दी गई सा, लेकिन किसी ना किसी तरीके मेरी ओदे नाल सेटिंग करा दियो। चलो ठीक है, सोचांगी। सोचना नहीं आंटी, मेरे को इस टाइम 1000 है, ये तुसी अपना सूट लै लेना। ठीक है, बाकी जेड़ी शायद ही जरूरत हो गए तू सा चुप करके मैं दसना। चल ठीक हो गया आंटी जी, इस गल का पता किसे ना लगे। चलो ठीक है, पता नहीं लगेगा तो इस 1000 का की आंदा आजकल, तू खुद सियाना है। आंटी जितने तो है पैसे आखे उतने तेन पैसे लभसे, तेन जेड़ी शायद ही जरूरत हो गए, लेकिन एक मेरे नाल वादा करी किसी बंदे नू पता ना लगे। मम्मी दी ज्यादा तबीयत खराब है? नहीं इतनी भी नहीं, थोड़ी सी। अच्छा रिमशा बेटा, लेट ही आएंगे तेरी मम्मी? हाँ लेट हो जाएंगे, कोई पता नहीं है उन्हें। अच्छा अच्छा, और कैसा ऐ जड़ियाँ अजकल लड़कियां ने पढ़िया लिखिया बड़े उन्होंने सोचा ने उच्चिया उच्चिया, तो बस माहौल ही इस तरह का ना। ऐ मैं वेखियां ने यूनिवर्सिटी दियां लड़कियां ये दोस्तां दे नाल गप्पां ला ये वो, तू भी इस तरह कोई दोस्त? नहीं नहीं ये जी कोई गल नहीं, तुसी होर गल करो, मैं जी नहीं। क्यों बेटा, तू अपनी शादी या लाइफ नहीं चलानी? हाली मैं कोई नहीं सोचा।
सिर्फ पढ़ाई बस। चलो अगर मेरे को एक लड़का है ऐसी बड़ा अच्छा है बड़े उच्चे खानदान का है उन्हें एक दो बारी तेनू तो मैनू बाजार भी वेख्या है अगे पिछे भी एक दो बारी वेख्या तो बस उन्हें एक दो बारी मैनू कहा है कि आंटी मेरी उधर गल करवा मैं शादी करना चाहना वा मैं क्या चलो मैं गल करांगी सही जिवें उन्हें अच्छा लगा। कौन लड़का क्यों अच्छा मैं नहीं वेख्या वह मैनू जान मेरे जानन वाले ने ते बड़े अमीर तरीन ने रकबा अकेला ही गए अपने माँ बाप का बेटा ते मैं क्या चलो अगर तेनू अच्छा लगा तो मैनू दसी जरूर। नहीं नहीं मेरा यह जो कोई ख्याल नहीं जबरदस्ती नहीं है बेटा ये तो एक अपनी लाइफ है ना हर इंसान नू सोचना चाहिए कि एक माँ बाप का एक बेटा है अगर तेनू चंगा लगे तो चलो मैं तेरी गलबात उन्हां दे नाल करवावांगी। नहीं खाला मेरा यह जो कोई जहन नहीं कोई ख्याल नहीं ना मैं कदे सोचा। चलो ठीक है बेटा फिर मैं चलनी हाँ तेरी अम्मी आएगी मैं उनका पता करन वास्ते आवांगी ते जेड़े लड़के दे बारे मैं तेनू दस रही सना बड़ा अमीर तरीन है बड़ा पैसा है बहुत ज़्यादा उन्होंने तुहाड़ी सोच तो वध के उन्हां कोल रिज़क है अगर तेरा जहन बने तो तू मैनू जरूर दसी मैं भी तेरी आंटी हाँ कोई ऐसी गल नहीं डरन वाली तेरे वास्ते अच्छा ही सोचांगी। चलो ठीक है चल कह तो सही रही सी खाला सोचना पवेगा चलो वेख लेने हैं। शुक्र मैं तुहाडे घर ही आई सां ते मैं क्या पता करने आ कदों को तुसी आना। हाँ भैन सकीना मेरी पता नहीं की राती सुत्या सुत्या मेरी तबीयत खराब हो गई। अच्छा ते मैं फिर तेरे भरा नूं कहा मैं के चल ना टेस्ट करवाइए पता करिए की मसला है अगो ज्यादा ना कुछ मसला बन जे ते मैनू ते थोड़ी लेट हो जानी है ते मेरी बच्ची नूं इतना पैगाम दे दे कि तेरी माँ कह रही सी घर विच जो है ना वो बना लवे खाना असी थोड़ा लेट ही। चलो ठीक है मैं कह दांगी टेंशन नहीं लैनी ठीक हो गया। हाँ ख्याल रखी जरा साडे घर दा। हाँ जी ठीक है। की होया तेरी अम्मी अजे लेट आएंगे। अच्छा काफ़ी लेट आएंगे कह रहे हैं कि अजे डॉक्टर को रिपोर्टा करवानिया ने टेस्ट सारे ते मेरी बेटी का ख्याल रखना। फिर क्या ख्याल है अजे मिल लें जिम्मे तेनों अच्छा लगता है ना तू मैं दस फिर मैं उनका पता कर लाँगी फोन पर। एक काम करो तुम ना घर ही बुलवा लियो। चलो ठीक घर बुलवा लियो फोन करो। हेलो मुबशर जी आंटी। हाँ तू किथे में जल्दी आ ओ जड़ी लड़की दे बारे तू गल कर रहा सा ना। जी जी मैं उन्हां दे घर बैठी हाँ ते उन्दी अम्मी नहीं घर है ते मैं मेरी ए सोच सी कि मैं तेनू उन्हां नाल मिलवा देंदी। आंटी मैं किस टाइम दा तुहाडे फोन दे इंतजार विच बैठा मैं हुणे आया दो मिनटां विच आया। चल ठीक है जल्दी आ जा। आ रहे चलो ठीक है। मेरा काम हो जाना टेंशन दी कोई नहीं गल।
लेकिन इंतजार जेड़ा होंदा ना वो बड़ी बुरी शाय होंदी ते तुहानू पता है दे मगर मैं कितना इंतजार किया हर मौका खाली नहीं जावन दिता इन वेखण दा। चलो ठीक है तू बैठ जा मैं जरा देख के आनी है दी नहीं तेरी आ। अच्छा आटी गाल सुनो नहीं ना बैठ जा हाँ चल ठीक मेहरबानी आंटी बैठ। अच्छा तुहाडा नाम की है तिमशा माशाल्लाह तुसी केड़े खूबसूरत हो पहली बारी मैं जदों तुहानू वेख्या ना मैं दिल च नीत लिया शादी करनी है तो इस कुड़ी नाल करनी है मुड़ काफ़ी बारी तुहानू उंज भी वेख्या लगदियां टपदियां मुड़ एक बारी आंटी नाल तुसी बाजार गए हो उत्थे भी मैनू बड़े चंगे लगे आ अच्छा मुबशर मैनू ना तू चंगा लगा ते मेरा दिल है कि असी नस जाने हैं क्योंकि मैनू पता है मेरे माँ बाप नहीं मनणगे साड़ी शादी वास्ते ते अगर तू मेरे नाल सच्चा प्यार कर दें तो तू सबूत दे। रिमशा नसण दी गल कोई नहीं ठीक है मेरे माँ प्यो नू तू नहीं जान दी ते तेरे नाल मैं प्यार भी करदा दिलों करदा कोशिश करदा कोशिश नहीं मैनू पता ना मेरे माँ प्यो कियो जे ने अच्छा रिमशा तेरा दिल है ना नसण वास्ते तू अगर चाहनी है बे मैं तेनू विखावा बे मैं तेरे नाल कितना एक प्यार है ते तू कल नू छड़ आज ही नस जाने आज तेरा अम्मी अबू भी कोई नहीं तू अपना समान जेड़ा ही छोटा मोटा चाल आज ही नस जाने क्योंकि मैं तेरे तो बगैर हूं नहीं रह सकता। अच्छा तू मैनू ए दस तू मैनू लेके किते जाएगा टेंशन ना लाओ जितने मेरे दोस्त हैं ना जान तू चंगे एक फोन करन दी दे रहे हो ना कोई इंतजाम मेरा कर लेना तेनू राणा मेरा काम है मेरे ते इतबार है। हाँ इतबार है बस तू तैयारी कर चल ठीक है मैं तेरा वेट कर दा चल ठीक है गेट ते मैं खला उस चलो ठीक है मैं उन्हें आंदी है निशा चल ठीक है बैठे हो आंटी जी बड़े खुश हो खैर है आंटी तुसी एक काम करो तुसी घर जाओ मेरी अम्मी आने वाली है तो तुसी भी घर जाओ ऐ भी घर जा रहे हैं ठीक है बेटा हाँ आंटी बड़ी मेहरबानी ठीक है चलो मैं भी चलना घर आ जाओ गेट तक रले जाने रिमशा कार कोई नहीं
रिमशा नहीं कार, मैं ते सारे कमरियां चे चेक कर रही हूं। रिमशा घर कोई नहीं? मैं जदो अस्पताल सा ना, ओ पेन सकीना नहीं है, उसका फोन आया सी, ते मैं उन्हें आख्या सी मेरी बच्ची का घर ख्याल रखी, पता नहीं किधर गई है, कोई पता ही नहीं लगना पिया, कदी बाहर पैर नहीं रखे। जाओ ना तुसी, जरा उन्हें दी करो पता करके आओ कि वो किथे है, कदी गई थी नहीं घर तो बाहर, शायद हो सके कल्ली है, ते कहंदी होए मैं नाल वाले घर चली जानी है, पता करो ना जरा, उठो ना, हुण इत्थे क्यों बैठे हो? मैं हुणे पता कर। अस्सलाम वालेकुम, मैं हूँ रिमशा हुसैन और ये है मेरी पूरी टीम। आज जैसा कि आप लोगों ने देखा हमारी इस वीडियो में कि एक माशरे के हिसाब से दिखाई गई है कि आजकल माशरे में यही सब कुछ चल रहा है। जैसा कि आप लोगों ने देखा कि मैं एक लड़की जिसने ये हरकत की भाग गई, अपने घर वालों को बताए बगैर बिना कुछ कहे भाग गई, और मेरे साथ क्या हुआ और मैंने आगे क्या किया। तो जैसे कि आप लोग देख रहे हैं कि नामहरम का घर आना और ये सब कुछ आप जानते ही हैं कि माशरे में ये सब कुछ चल रहा है, तो हमने आपको वही सब कुछ बताया है, दिखाया है, ताकि आप लोग ये चीज़ ना करें। और मेरा उन लड़कियों से रिक्वेस्ट है कि ये हरकत बिल्कुल भी मत करें, क्योंकि जैसे कि आपने देखा कि एक लड़की भाग गई है और आगे उसने क्या किया, जुर्म किया है उसने। तो मेरा यही मैसेज है कि घर वाले जो हैं किसी भी नामहरम मर्द या औरत को घर में आने से मना करें, और मैं यही चाहती हूँ कि आप बाटा टीवी को शेयर करें, कमेंट करें और लाइक करें और सब्सक्राइब भी करें, और हाँ जी, और एक और बात कि हमारा एक नया न्यू ड्रामा आ रहा है किस्तवार, उसका नाम है चाल, उम्मीद करती हूँ कि वो भी आपको अच्छा लगेगा, क्योंकि हम अब वो ड्रामा जो है वो इंटरनेशनल लेवल तक जाएगा और वो बहुत ही अच्छा, उम्मीद करती हूँ कि वो आपको भी अच्छा लगेगा, तो प्लीज़ देखना मत भूलिएगा और बाटा टीवी को ज़रूर लाइक शेयर कीजिएगा। और ये जो आप लोगों ने वीडियो देखी है इसका पार्ट टू इंशाल्लाह जल्द आएगा, प्लीज़ हमें कमेंट में ज़रूर बताइएगा कि ये आपको वीडियो कैसे लगी। ये हमारे साथ हैं जीवन सर, हमारे सीनियर, और मलंगी सर, मुबशिर, और ये हमारी सीनियर मैडम मिस फरियाल, और ये आंटी जी, और ये नए हमारे साथ आज मौजूद हैं गुलाम हुसैन। इन्होंने आपकी आपको दिखाने के लिए, वीडियो दिखाने के लिए इतनी मेहनत की है, तो प्लीज़ हमें कमेंट में ज़रूर बताइएगा कि आपको ये वीडियो कैसे लगी। पाकिस्तान जिंदाबाद।